ਚਰਨਾ ਤੂੰ ਕਹਿੰਦਾ ਮੇਰੀ ਬੱਕਰੀ ਵੇਚਦਾ ਨਹੀਂ ਹੈਗਾ ਹੁਣ ਕੀ ਕਰਾਂ ਚੀਜ਼ ਆ ਪਰ ਬੱਕਰੀ ਨੂੰ ਯਾਦ ਕਰੋਗੇ ਜੇ ਮਾੜੀ ਲੱਗੂ ਤਾਂ ਮੇਰੀ ਵਾਪਸ ਲੈ ਆਓ ਅਗਲੀ ਮੰਡੀ ਇਹ ਵੀ ਗੱਲ ਆ ਮੇਰੇ ਕਿੰਨੇ ਸੂਏ ਦੇ ਦੂਗੀ ਹੋਰ ਭਾਈ ਇਹ ਸੂਏ ਦਾ ਸੇਵਾ ਦੇ ਨਹੀਂ ਚ 15 ਸੂਏ ਲੈ ਲੈ ਦੇ ਤੀ ਇੱਕ ਬਸਾਲ ਮਾ ਦੇ ਜੇ ਨੂੰ ਦੇ ਦੇ ਨਾ ਕੀ ਯਾਰ ਛਾਲਾਂ ਨਾਲ ਬਣਨੀ ਨਹੀਂ ਗੱਲ ਮੈਨੂੰ ਪਤਾ ਨਾ ਛਾਲਾਂ ਵਾਲੀ ਹੈ ਨਹੀਂ ਇਹ ਜੇ ਇਹ ਤਾਂ ਜਿਹਨੂੰ ਆ ਛਾਲਾਂ ਵਾਲੀ ਤਾਂ ਹੁੰਦੀ ਮੈਂ ਜਦੇ ਫੜਾਂ ਤਾਂ ਨਹੀਂ ਹੋਣਾ ਥੋੜਾ ਬਹੁਤਾ ਇਹਦਾ ਫਰਕ ਪਾ ਉਹ ਖਾ ਜਾ ਤੇਰੇ ਵਿੱਚੋਂ ਬੱਕਰੀ ਬਾਪੂ ਉਹ ਚਾਚਾ ਜੇ ਮੈਂ ਅੜਦਾ ਹੀ ਨਹੀਂ ਸੀਗਾ ਹੁਣ ਨੂੰ ਵੇਚਦਾ ਦੇ ਕੋਈ ਗੱਲ ਨਹੀਂ ਤੇਰੀ ਚੀਜ਼ ਹੈ ਕਿਹੜਾ ਬਗਾਨੇ ਨੇਗੇ ਕਿੰਨੇ ਲੱਗੇ ਨੇ ਚਲ ਜਿੰਨੇ ਮਰਜ਼ੀ ਲੱਗੇ ਉਹਦਾ ਛੱਡ ਕੇ ਯਾਰ ਮੈਂ ਬਾਈ ਭਗਾਈ ਨਹੀਂ ਹੁੰਦੇ ਨਾ ਮਾਰਦਾ ਕਿ ਬੱਕਰੀ ਦਾ ਖੋਦੀ ਦੋਣੀ ਹੈ ਬੱਕਰੀ ਨੂੰ ਪੱਠੇ ਪਾਉਂਗੇ 20 ਸਿਆਪੇ ਕਰੋਗੇ ਸਿਆਪੇ ਤਾਂ ਕਰਨੇ ਪੈਣਗੇ ਕਿਹੜੀ ਹੈ ਸਣਖੀ ਬੱਕਰੀ ਦੇ ਸਣਖੀ ਉਹ ਕਾਲੀ ਪੱਠ ਦੇਖ ਮੇਰਾ ਦਿਖਾ ਕਾਲੀ ਪੱਠ ਕਿਹੜੀ ਕਿਹੜੀ ਆ ਆਹੀ ਆ ਗੱਬਣਾ ਨਾ ਬੱਚਾ ਮਗਰ ਬਹੁਤ ਕੰਮ ਦਾ ਕਿਹੜਾ ਬੱਚਾ ਇੱਕ ਆਈ ਉਹ ਸਾਲ ਤੜ ਕੇ ਖਾਣ ਵੀ ਤੇ ਕਿਹ ਦੇ ਆਇਆ ਇੱਕ ਲਿਆਉਂਦਾ ਹੁੰਦਾ ਹਾਂ ਐਡਾ ਹੀ ਕੰਮ ਭੀੜ ਕੋ ਚਾਹੀ ਹੁੰਦਾ ਉਹਨੇ ਕਹਿੰਦਾ ਹੀ ਨਹੀਂ ਹਾਂ ਆਇਆ ਬੱਚਾ ਵੀ ਫਿਰੇ ਰਾਈ ਲਿਆ ਕੱਟ ਬਾਰ ਬੱਕਰੀ ਲੈ ਕੇ ਦੇ ਕੇ ਨਹੀਂ ਮਾਈ ਨਾ ਆਇਆ ਹੀ ਬੱਚਾ ਦੇਖ ਲੋ ਕਿਹਾ ਬੱਚਾ ਵੀ ਫਿਰੇ ਲੈ ਫੜ ਕੁਝ ਕਰੀਏ ਆ ਤੜ ਕੇ ਝੂਲਾ ਖੁੱਲ ਗਿਆ ਇਹ ਲੱਗ ਹੋਰ ਆ ਕਿਸੇ ਦਾ ਪਹਿਲੇ ਸੋਏ ਸੂਈ ਹੋਈ ਆਈ ਪਾਠੇ ਅੱਛਾ ਦੇਖ ਲੋ ਸਾਨੂੰ ਤਾਂ ਦੇਖਣੇ ਨਹੀਂ ਵੀ ਤੇਰੇ ਕੋਲ ਕਿਉਂ ਦੇ ਮਿੱਠੂ ਕਿੰਨੇ ਦਿੰਦਾ ਬਾਈ ਜੀ ਦੇਖ ਮਿੱਠੂ ਚੰਗਾ ਜੀ ਬਾਪਾ ਮੈਂ ਕਹਿੰਦਾ ਜੇ ਕਮੀ ਹੋਵੇ ਤਾਂ ਆਪਣੀ ਠੀਕ ਹੈ ਜੀ ਚਾਰ ਦੰਦਾ ਜੀ ਚਾਰ ਦੰਦਾ ਹਾਂ 6 ਦੇ ਹੁਣ ਕੱਢ ਰਹੀ ਆ ਦੁੱਧ ਹੈਗਾ ਦੋ ਕਿਲੋ ਹਨਾ ਦੁੱਧ ਤਾਂ ਬਾਹਰ ਹੋਊਗਾ ਜੀ 2 ਕਿਲੋ ਦਾ ਹੈਗਾ ਇਹ ਨਾ ਪਹਿਲਾਂ ਝੋਲਾ ਖੁੱਲ ਗਿਆ ਜੀ ਗੱਡੀ ਚਾਚਾ ਇਹ ਥਣ ਚੁੰਗ ਗਿਆ ਸਾਲਾ ਪਹਿਲਾਂ ਮੇਮਨਾ ਹੈਗਾ 2.5 ਕਿਲੋ ਦੁੱਧ ਹਾਂ ਇੰਨਾ ਕੁ ਤਾਂ ਹੈਗਾ ਜੀ ਥੋੜਾ 3 ਕਿਲੋ ਦਾਣ ਲੱਗ ਜੂ ਜੀ ਇਹ ਤੁਸੀਂ ਦਾਣੇ ਪਾ ਛੱਡੋ ਦਾਣ ਨੂੰ ਪੈਂਦੇ ਨੇਗੇ ਨਾਲੇ ਬੱਚਾ ਵੀ ਘਰ ਹੀ ਰੱਖੇ ਪਾਵਾਂਗੇ ਤਾਂ ਦਾਣੇ ਅੱਗੇ ਹੀ ਮੈਂ ਤਾਂ ਬੱਕਰੀ ਇਹ 2 ਘੰਟੇ ਜਾਂਦੀ ਪਾ 2 ਹੁੰਦੀ ਸੀ ਪਾੜਾ ਮਾਰ ਲਓ ਧਾਰਾ ਧੂਰਾ ਪਾਸ ਕਰ ਲਓ ਕੋਈ ਨਹੀਂ ਹੈਗੀ ਆ ਮੈਂ ਫੜ ਅਸੀਂ ਤਾਂ ਯਾਰ ਸਾਨੂੰ ਤਾਂ ਆ ਖੜਿਆ ਤੁਸੀਂ ਸਾਨੂੰ ਤਾਂ ਕਾਹਦਾ ਨਹੀਂ ਪਤਾ ਜੀ ਆ ਬੱਚਾ ਵੀ ਦੇ ਲਓ ਜੀ ਤਰਸੇ ਮੈਨੂੰ ਫੋਨ ਜ਼ਰੂਰ ਕਰ ਲੈ ਤੇਰੇ ਦਾ ਸਾਲਾ 10 ਦਿਨ ਹੋਏ ਨੇ ਸੂਈ ਨੂੰ ਅਜੇ 12 ਹਾਂ ਜੀ ਕੋਈ ਗੱਲ ਨਹੀਂ ਪੈਸੇ ਦੱਸ ਕਰਾਂ ਦੇਣ ਵਾਲੇ ਮੁੱਲ ਹੀ ਕਰ ਦੇ ਭਾਈ ਜਮਾ ਹੀ ਜਾਇਜ਼ ਜਮਾ ਹੀ ਜਾਇਜ਼ ਕਰ 32000 ਰੁਪਇਆ ਦੇ ਦਿਓ ਜੀ ਜਾਇਜ਼ ਮੁੱਲ ਕਰ ਜੈ ਜੀ ਤੇ ਚਰਨਾ ਤੂੰ ਕਹਿੰਦਾ ਮੇਰੀ ਬੱਕਰੀ ਵੇਚਦਾ ਨਹੀਂ ਹੈਗਾ ਹੁਣ ਕੀ ਕਰਾਂ ਚਲ ਤੂੰ ਵੀ ਬੱਕਰੀ ਦਾ ਮੁੱਲ ਮੰਗਿਆ ਵਾ ਜੇ 15-15 16-16 ਵਾਲੀਆਂ ਲੈ ਜਾਓ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਚੀਜ਼ ਤੇ ਹੀ ਮੁੱਲ ਮੰਗਿਆ ਜੀ ਚਾਚਾ ਤੂੰ ਆਪ ਸਿਆਣਾ ਆ ਪੱਠ ਵੀ ਵਧੀਆ ਆ ਸਾਬ ਨੂੰ ਬੱਕਰੀ ਦੇ ਗਿਆਨੀ ਨੂੰ ਆ ਤਾਂ ਹੁਣ ਨਜ਼ੀਰ ਤੇਰੇ ਸਾਹਮਣੇ 2 ਗੇੜੇ ਮਾਰ ਕੇ ਗਿਆ ਉਹ ਤਾਂ ਆਪਾਂ ਨੂੰ ਵੀ ਪਤਾ ਹੈ ਤੂੰ ਵੀ ਨਾਲ ਹੀ ਸੀ ਨਾ ਜਾਂ ਗੱਲ ਕਰ ਫੇ ਹੁਣ ਕਿੱਥੇ ਵੇਚੀਏ ਆਪਾਂ ਵੱਧ ਮੁੱਲ ਮੰਗਿਆ ਹੋਵੇ ਬਾਬੇ ਤੋਂ ਫੇਰ ਗੱਲ 32 ਉਹਨੂੰ ਕਿਹਾ ਸੀਗਾ बकरी नूं याद करोगे जे माड़ी लगू तां मेरी वापस लै आओ अगली मंडी इह वी गल आ मेरे किन्ने सूए दे दूगी होर भाई सूए दा सेवा दे नहीं च 15 सूए लै ले दे ती पहले सूए दा पाठ आ जी ठीक है इह वी कड़ा चार दा बोलो हां फल लै 13000 दी होगी नहीं चाचा बहुत दूर आ कहानी कौन फेरा दे 17-18 हज़ार होता जो 15 चल तो तेन वादा करनी क्यों जी अपनी खरीद भी नहीं हैगी हूँ मेरी कड़ा घरे बनाई हुई है फिर होर किथे देनी हूँ 30000 तो घट नहीं देनी अपना बकरी 30000 तो घट 30000 फिर तो फर्क बाला बड़ा फर्क बाला जी 13000 का फर्क है एक बसाल मा दे जे नु दे दे ना की यार छाला नाल बननी नहीं गल मेनू पता ना छाला वाली है नहीं है जे छाला वाली तो हुंदी मैं जदे फड़ांदा रस्सा छाला वाली पाठी नहीं होर फिर कने पाठा मर भी पेंदी है कोई गल नहीं बन जूगी फिर बड़ी कर लांगे खुद ये किथे कहना तू हुण देखो जेह जा ताना सौदा तो ओही ही बनना है ला दी हुण जे हुण ए दा गल 20 बकरी हो गया नहीं होनी चाचा ओहो रख रहा हूं नहीं हुंदी नहीं हुंदी जी का दो इकट्ठे हो गए हुण होर फिर हुण जदी पाणी होर कर 2000 ਰੁਪਿਆ ਡਾਤਾ ਕਿਉਂ ਜੀ ਰੋਟੀ ਦੇਖ ਲਓ 25000 ਦੀ ਦੇ ਦਾਂਗੇ ਉਹਦਾ ਹੀ ਕੀ ਕਰਨੀ ਹੈ ਬੱਕਰੀ ਸਾਫ ਆ ਬਿਲਕੁਲ ਹੋਰ ਦੇਖ ਲਓ ਪੱਠ ਅੱਜ ਪਹਿਲੀ ਵਾਰ ਚਰਨਾ ਬੰਦਾ ਅੜਿਆ ਖੜਾ ਨਹੀਂ ਅੜਿਆ ਨਹੀਂ ਆਪਾਂ ਚੀਜ਼ ਤੇ ਅੜਿਆ ਦੱਸਾ ਚੱਕਰ ਕੀ ਨਹੀਂ ਨਹੀਂ ਦੱਸਾ ਚੱਕਰ ਕੀ ਚੀਜ਼ ਦਾ ਫਰਕ ਹੁੰਦਾ ਜੀ ਹੋਰ ਗੱਲ ਕੁਛ ਨਹੀਂ ਆਦਾ ਬਾਈ 14-15000 ਉਧਰੋਂ ਬਾਈ ਮੋੜ ਕੇ ਲਿਆ ਕਹਿੰਦਾ ਚੱਲ ਮੈਂ ਤੇਰੇ ਬਾਦੋਂ ਦੇ ਲੱਗ ਗਿਆ ਉੱਥੋਂ ਯਾਰ ਫਿਰ ਆਪਾਂ ਨੂੰ ਜੇ ਚੀਜ਼ ਵਧੀਆ ਤਾਂ ਜਿਹਨੂੰ ਮਰਜ਼ੀ ਦਿਖਾ ਲਓ ਤੁਸੀਂ ਬਾਹਰ ਕੱਢ ਕੇ ਦਾ ਮੋੜ ਜਵਾਨ ਹੋਈ ਗੱਡੀ ਦੇ ਕਹਿੰਦਾ ਮੇਰੀ ਬੱਕਰੀ ਵੇਚ ਦੂ ਕੋਈ ਮਹਾ ਵੇਚੂਗਾ ਤਾਂ ਚੱਲ ਆਪਾਂ ਬੈਠੇ ਹੱਸਦੀ ਆਇਆ ਨਾ ਹੱਸੀ ਵੇਚਣੀਆਂ ਵੀ ਥੋਨੀ ਨਹੀਂ ਗਈਆਂ ਫਿਰ ਹੱਸੀ ਵੀ ਗੱਲ ਯਾਰ ਰੱਖ ਲੈ ਯਾਰ ਨਹੀਂ ਹੋਣੀ ਚਾਚਾ ਫਰਕ ਬਹੁਤ ਇਹ ਨਹੀਂ ਹੁੰਦੀ ਜੇ ਹੁੰਦੀ ਹੁੰਦੀ ਮੈਂ ਜਦੀ ਪਾ ਦਿੰਦਾ ਇਹਦਾ ਪੱਠਾ ਪਰ ਫੇਮ ਬਾਪਾ ਨੂੰ ਪਰੋਂ ਗੱਲ ਕਰ ਯਾਰ ਤੁਸੀਂ ਕਰ ਲਓ ਗੱਲ ਠੀਕ ਹੈ ਨਾ ਗੱਲ ਚੀਜ਼ ਤਕੜੀ ਆ ਸਾਲੀ ਜੀ ਚੀਜ਼ ਦਾ ਹੀ ਮੁੱਲ ਲੱਗਣਾ ਹੈ ਥੋੜਾ ਥੋੜਾ
ਨਹੀਂ ਹੋਣਾ ਥੋੜਾ ਬਹੁਤਾ ਇਹਦਾ ਫਰਕ ਉਹ ਖਾਣ ਜਾ ਤੇਰੀ ਬੱਚੂ ਬੱਕਰੀ ਬਾਪੂ ਉਹ ਚਾਚਾ ਜੇ ਮੈਂ ਅੜਦਾ ਹੀ ਨਹੀਂ ਸੀਗਾ ਹੁਣ ਨੂੰ ਵੇਚਦਾ ਦੇ ਕੋਈ ਗੱਲ ਨਹੀਂ ਤੇਰੀ ਚੀਜ਼ ਹੈ ਕਿਹੜਾ ਬਗਾਨੇ ਨੇਗੇ ਬਗਾਨੇ ਵੇ ਇਹਦੇ ਵਿੱਚ ਕੋਈ ਮੈਂ ਵੀ ਬਗਾਨਾ ਹੀ ਬਗਾਨਾ ਇਹ ਗੱਲ ਪੈ ਹੀ ਜਾਂਦੀ ਆ ਦਾ ਪੱਠ ਵੀ ਚੰਗੀ ਆ ਕਿਹੜਾ ਇਹਦੇ ਵਿੱਚ ਕੀ ਜਾਵੇ ਨਹੀਂ ਹੋਣੀ ਹੋਰ ਯਾ ਡਾਟਾ ਆਪਾਂ ਨੇ ਪਹਿਲਾਂ ਹੀ ਅਸੀਂ ਹਜ਼ਾਰ ਚੜੀ ਜਾਂਦੇ ਆ ਮਹੀਨੇ ਬੱਚਾ ਹੀ ਸਾਂਭ ਕੇ 10,000 ਦਾ ਵੇਚ ਦਾਂਗੇ ਬੱਚਾ ਦਾ ਦੇਖ ਕੈਸਾ ਥੱਲੇ ਪੱਠ ਵੀ ਵਧੀਆ ਸਾਡੇ ਸਾਰੇ ਪਾਸੇ ਉਹ ਰੱਖ ਲੈ ਵਿਚਾਰੇ ਨੇ ਸਾਰੇ ਪਾਸੇ ਪੂਰੀ ਆ ਚਾਚਾ ਮੈਨੂੰ ਪਤਾ ਮੈਂ ਰੱਖ ਲੈਂਦਾ ਹਾਂ ਰੱਖ ਲੈਂਦਾ ਜਦੀ ਮੈਂ ਮੋੜਦਾ ਹੀ ਨਹੀਂਗਾ ਮੈਨੂੰ ਤਾਂ 2,000 ਬਣੇ ਜਦੇ ਫੜਾ ਦੇਣਾ ਬੱਕਰੀ ਅੱਛਾ ਹੋਰ ਯਾਨੀ ਡੈਣਾ ਫਿਰ ਕਿਉਂ ਜੀ ਹੈ ਨਜ਼ੀਰ ਨੂੰ ਚਾਹ ਹੁਣ ਵੀ ਪੁੱਛ ਸਕਦੇ ਹੋ ਤੁਸੀਂ ਉਹਨੇ ਵੀ ਮੁੱਲ ਲਾਇਆ ਸਾਰਾ ਕੁਛ ਹੋਇਆ ਮੁੱਲ ਲੱਗ ਹੀ ਰਿਹਾ ਪੱਟ ਤੇ ਜੇ ਉਹ ਜੀ ਹੁੰਦੀ ਉਹਨੂੰ ਕਿਥੋਂ ਦਾ ਫੜਾ ਹੁੰਦਾ ਕਿੰਨੇ ਲੱਗੇ ਨੇ ਚੱਲ ਜਿੰਨੇ ਮਰਜ਼ੀ ਲੱਗੇ ਉਹਦਾ ਛੱਡ ਯਾਰ ਯਾਰ ਮੈਂ ਬਾਈ ਬਕਾਈ ਨਹੀਂ ਹੁੰਦੇ ਨਾ ਮਾਰਦਾ ਕਿ ਬੱਕਰੀ ਦੇ ਖੋਦੀ ਦੋਣੀ ਹੈ ਬੱਕਰੀ ਜਾਂ ਪੂਰੀ ਦੀ ਰੱਖਾ ਬੱਕਰੀ ਆ ਕਿੰਨੇ ਦੀ 25,000 ਦੀ ਬੱਕਰੀ ਰੱਖ ਪੂਰੇ ਦੀ ਆ ਜਾਂ ਬੱਕਰੀ 27,000 ਨਾ 25 ਰੱਖਣਾ ਬੱਕਰੀ ਜਾਂ 25 ਬੱਕਰੀ ਦੇਣੇ ਦੇਣਾ ਨਾ ਹੀ ਬਾਈ ਦੀ ਜਾਇਜ਼ ਆ ਮੈਂ ਨਹੀਂ ਦੇਣਾ ਨਹੀਂ ਕਹਾ ਯਾਰ ਮੇਰੀ ਵੀ ਖਰੀਦ ਫੜਾਈ ਪੈਸੇ ਫੜਾ ਨਾ ਚੁੱਪ ਕਰ ਚੁੱਪ ਕਰ ਨਾ ਨਾ ਦੇਣੀ ਨਹੀਂ ਪੈਸੇ ਕਿਹਨੇ ਉਹਦੀ ਪੈਸੇ ਫੜਾ ਵੀ ਪੈਸੇ ਲੈ ਕੱਟ ਕੇ ਗੱਡੀ ਲੈਣਗੇ ਪਹਿਲਾਂ ਪਰ ਰੱਖ ਰੱਖ ਖੁਸ਼ ਹੋ ਕੇ ਬੱਕੀ ਦੇ ਨਾ ਖੁਸ਼ ਹੀ ਹੋ ਰਿਹਾ ਪੱਠ ਵੀ ਵਧੀਆ ਜਾਚਾ ਤਾਂ ਬਗੇ ਕਿ 25 ਲਾਦਾ ਫਿਰ ਕਿਉਂ ਜੀ ਕਿੰਨੇ ਰੁਪਿਆ ਦੇਊਗੇ ਵਧੀਆ ਭਾਰੀ ਨੇ ਪੱਠ ਤੇ ਯਾਰ ਬੰਦਾ ਕੈਸਾ ਹੈ ਇਹ ਬੰਦਾ ਬਹੁਤ ਹਰਾਮੀ ਹੋ ਗਿਆ ਹੁਣ ਹਰਾਮੀ ਬਹੁਤ ਹੋ ਗਿਆ ਤੂੰ ਫੰਡਰ ਪੱਠਾ ਨੇ ਅਜੇ ਦਿਲ ਦੀ ਸਾਡੀ ਮਸੀ ਵੀ ਸੀ ਜੋ ਹੋਏ ਤੇ ਲਵਾਂਗੇ ਨਹੀਂ ਲੈਣੀ ਅਸੀਂ ਨਹੀਂ ਪੱਠ ਚ ਕੋਈ ਕਮੀ ਨਹੀਂ ਬਾਬਾ ਜੀ ਆਪਾਂ ਹੁਣ ਵੀ ਤੁਹਾਨੂੰ ਡਟ ਕੇ ਕਹਿੰਦੇ ਆਗੇ ਤੇ ਪਹੀ ਆਹ ਖੁੱਲੇ ਫਿਰ ਲੋ ਪਾਗਲ ਹੋ ਗਏ ਵੀ ਹੈ ਇਹ ਵੀ ਤਾਂ ਪੈਸੇ ਹੀ ਨੇਗੇ ਇਹ 20,000 ਹੋ ਗਏ ਤੇ ਵਿੱਚੋਂ ਸਬਰ ਲਈ ਗਣ ਤੂੰ ਗਣ ਪਹਿਲਾਂ ਆ ਜਿਹੜੀ ਕੀ ਕਹਿਣਾ ਉਹ ਮੈਂ ਉੱਥੇ ਨਾ ਕੱਢ ਦੇ ਤਾਂ ਹੋਲੇ ਮਾਰੀ ਆ ਰੌਣ ਹੈ ਗਿਆ ਜੀ ਮਾਰ ਲਾ ਲੈ ਵੀ ਕਿੰਨੇ ਰੁਪਿਆ ਦੀ ਸੀ ਅਗਲਾ 1.5 ਲੱਖ ਮੰਗੀ ਜਾਂਦਾ ਇਹਦਾ ਹੀ ਕੰਨ ਕੁੰਨ ਚੰਗੇ ਨੇ ਕਿਉਂ ਯਾਰ ਲੈ ਗਿਆ ਬੱਕਰਾ ਕਿੰਨੇ ਕੁ ਦਿਨ ਹੋ ਗਏ ਹੋਣੇ ਬਾਈ ਲੱਗਦਾ ਵੀ ਸੂਈ ਨੂੰ 1 ਮਹੀਨਾ ਹੋ ਗਿਆ ਜੀ ਬੱਕਰੀ ਚੋਣੀ ਹੈ ਜਾ ਕੇ ਬੱਕਰੀ ਚੋਣੀ ਹੈ ਤੇਰੇ ਕੋਲ
बिलकुल भी नहीं है तड़के भी ओनी हाँ जी हाँ लै भाई ए बकरी का सौदा हो गया मान के चलो 5 इंच दी नवी बकरी है 2.5 लीटर का दुध रुपए के थले ते नाल बकरा दे रहे ने महीने का अगर पता ही फड़ी फड़ी बक जंदा कोई नहीं कोई चलो धन्यवाद कर देंगे अपना ए बकरी का जेड़ा सौदा हो गया जय जी गल दसो हां जय दसी नहीं तो गाल दा कट दूंगी तन्नू ਗਾਲ ਨਾ ਕੱਢਦੀ ਫਿਰ ਪੰਗਾ ਪੈ ਜਾਊਗਾ ਵੀਡੀਓ ਦੇ ਵਿੱਚ ਫਿਰ ਪੰਗੇ ਪੈ ਜਾਂਦੇ 6000 ਰੁਪਇਆ ਦੇ ਦੀ ਬਸ ਜੈ ਜੀ ਗੱਲ ਕਰੂੰਗਾ ਹੁਣ ਮੈਂ ਗਲਤ ਨਹੀਂ ਕਰਦਾ ਠੀਕ ਆ ਨਾ ਜੀ ਗੱਲ ਬਸ ਆ ਫੜ ਲੈ ਦੱਸ ਤੋ ਦੀ ਦੱਸ ਆ ਫੜ ਲੈ ਯਾਰ 5000 ਦਾ ਮੇਨ ਹੋ ਗਿਆ ਜਾਂ 5.5 ਦਾ ਪਾਲਾ ਚਾਚਾ ਠੀਕ ਆ ਬਸ ਠੀਕ ਆ ਠੀਕ ਆ ਬਈ ਮੈਂ ਰੱਖ ਲਾ ਮੱਥੇ ਨਾਲ ਲਾ ਬੱਚਾ ਵੀ ਸਿਰੇ ਦਾ ਇਹਦਾ ਨਾਲ ਆਪਾਂ ਚੱਲ ਤੂੰ ਕਹਿਦਾ ਕਿਉਂ ਜੀ ਬਸ ਗੱਲ ਹੋ ਗਈ ਜੀ ਜੁਗਰੇਰ ਦੋ ਬਣ ਜਾਣਗੇ ਜਿਹੜੀ ਗੱਲ ਹੋ ਗਈ ਤਾਂ ਹੋ ਗਈ ਜਾਂਦੇ ਬੱਚੇ ਹੀ ਇਹਨੂੰ ਮਰਜ਼ੀ ਦਿਖਾ ਸਕਦਾ ਕਮੀ ਨਹੀਂ ਹੈਗੀ ਕਿਸੇ ਚੱਲ ਬੋੜੀ ਜਿਹਾ ਦਿਖਾ ਦਈਏ ਓਏ ਤੂੰ ਹੱਥ ਲਾਈ ਜਾਣਾ ਯਾਰ ਬਿੰਦੇ ਬਿੰਦੇ ਬੱਚੇ ਬੱਚਾ ਵਧੀਆ ਦੇਖਾ ਚੱਲ ਦਿਖਾ ਦਿੰਦੇ ਆਪਾਂ ਬੱਚੇ ਦੇ ਆਲਾ ਵੀ ਦੇਖਣ ਨਾਲ ਹੀ ਮੀਮਣਾ ਦਵਾਤਾ ਖੁਸ਼ ਆ ਉਹਨੂੰ ਨਾ ਖੁਸ਼ ਆ ਜੀ ਮੀਮਣਾ ਦਵਾਉਣ ਦਾ ਕਾਰਨ ਕੀ ਹੋ ਗਿਆ ਭਾਈ ਨਾਲ ਇਹ ਦੁੱਧ ਬੱਕਰੀ ਦੇ ਬਾਬੂ ਆ ਗਏ ਨਾਲ ਪਾਜੂ ਦੋ ਹੋ ਗਏ ਜੀ ਬਸ ਗੱਲ ਖਤਮ ਕਰੋ 30000 ਦੀ ਬੱਕਰੀ ਲੈ ਲਈ ਆਪਾਂ ਨੇ ਐ ਹਿਸਾਬ ਲਾ ਕੇ ਦੱਸ ਦੇ ਅਗਲੇ ਨੂੰ ਵੀ ਦੋ ਬੱਚਿਆਂ ਵਾਲੀ ਦੋ ਬੱਚਿਆਂ ਵਾਲੀ 30 ਦੀ ਲੈ ਗਾਣਾ ਜੀ ਮੰਨ ਕੇ ਚੱਲੋ ਇਹ ਮੇਵਣਾ ਵੱਡਾ ਲੱਗਦਾ ਉਹਦੇ ਨਾਲ ਉਹ ਇਹ ਵੱਡਾ ਹੀ ਥੋੜਾ ਜਿਹਾ ਇਹ ਵੱਡਾ ਨਾ ਆ ਗਣੋ ਜੀ 5000 ਕਿਉਂਕਿ ਵੱਡ ਜਾਏਗਾ ਬਈ ਦਾ ਓਏ ਆਇਆ ਕਰੋ ਜੀ ਉਹਨੂੰ ਥੋੜਾ ਫੇਰ ਵੀ ਘਟ ਜਾਏਗਾ ਉਹ ਠੀਕ ਹੈ ਜੀ ਇਹਨੂੰ ਵੱਧ ਜਾਏਗਾ ਆਪਾਂ ਇਹ ਠੀਕ ਆ ਮੇਵਣਾ ਇਹ ਮੇਵਣਾ ਵੱਡਾ ਹੈ ਠੀਕ ਆ ਹੁਣ ਇਹ ਦੇਖ बच्चा वधिया कानू पाल लैणगे बच्चे बच्चा बहुत सुनखा जी चलो रखने वाले।